ਇੱਕ ਤਾਂ ਤੁਸੀਂ ਰਾਜ ਮੰਤਰੀ ਬਣੇ ਹੋ, ਔਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਪਹਿਲੀ ਸਟੇਟਮੈਂਟ ਨੌਜਵਾਨਾਂ ਨੂੰ ਲੈ ਕੇ ਆਈ ਹੈ, ਕਾਫੀ ਬਦਲੀ ਬਦਲੀ ਨਜ਼ਰ ਆਈ ਹੈ। ਤੁਸੀਂ ਕਲੀਅਰ ਕੱਟ ਕੀ ਕਿਹਾ ਵੈ ਔਰ ਇਸ ਦੇ ਮਾਇਨੇ ਕੀ ਨੇ? ਦੇਖੋ ਕਿਉਂਕਿ ਬਹੁਤ ਇਹ ਸੈਂਸਿਟਿਵ ਇਸ਼ੂ ਆ, ਸਭ ਕੁਛ ਆ, ਮੈਂ ਇਹਦੇ ਵਿੱਚ ਬਿਲਕੁਲ ਆਪਣੀ ਨਿੱਜੀ ਗੱਲ ਕੀਤੀ ਆ। ਮੈਂ ਉਹਦੇ ਵਿੱਚ ਇਹ ਵਿਚਾਰ ਲਿਖਿਆ ਉਹਨਾਂ ਨੇ, ਮੈਂ ਹੁਣ ਵੀ ਤੁਹਾਡੇ ਚੈਨਲ ਤੇ ਇਹੀ ਗੱਲ ਕਹਿ ਰਿਹਾ ਵੀ ਮੈਂ ਆਪਣੀ ਇਹ ਨਿੱਜੀ ਗੱਲ ਕੀਤੀ ਆ ਵੀ ਮੈਂ ਪੰਜਾਬ ਦੀ ਅਮਨ ਸ਼ਾਂਤੀ ਲਈ ਜੀ ਅੱਜ 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 ਮੇਰੀ ਜਿਹੜੀ ਜ਼ਿੰਮੇਵਾਰੀ ਆ ਉਹ ਇੱਕ ਦੇਸ਼ ਦੇ ਮੰਤਰੀ ਦੀ ਜ਼ਿੰਮੇਵਾਰੀ ਆ। ਜੀ ਮੇਰੇ ਮੇਰੇ ਕਾਰਨ ਕੋਈ ਵੀ ਅੱਗੇ, ਮੈਂ ਇੱਕ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਹੋਣ ਨਾਤੇ ਗੱਲ ਕਰਦਾ ਸੀ, ਜੀ ਅੱਜ ਮੇਰੀ ਪਰਿਵਾਰ ਤੋਂ ਉੱਤੇ ਜ਼ਿੰਮੇਵਾਰੀ ਦੇਸ਼ ਦੀ ਆ। ਮੇਰੇ ਲਈ ਪ੍ਰਾਇਓਰਿਟੀ ਆ ਜਿਹੜਾ ਉਹ ਦੇਸ਼ ਤੇ ਪੰਜਾਬ ਆ, ਜੀ ਤੇ ਮੈਂ ਉਸ ਨੂੰ ਦੇਖਦੇ ਹੋਏ ਇਹ ਗੱਲ ਕੀਤੀ ਵੀ ਜਿਹਦੇ ਨਾਲ ਕੋਈ ਵੀ ਸਾਡੇ ਭਾਈਚਾਰਕ ਸਾਂਝ ਕੋਈ ਵੀ ਐਸੀ ਚੀਜ਼ ਆਵੇ ਮੇਰੇ ਵੱਲੋਂ, ਜੀ ਮੈਂ ਇਹ ਬਾਰ ਬਾਰ ਕਿਹਾ ਵੀ ਇਹ ਮੇਰਾ ਨਿੱਜੀ ਆਪਣਾ ਜਿਹੜਾ ਸਟੈਂਡ ਆ ਮੈਂ ਉਹਦੇ ਉੱਤੇ, ਕਿਉਂਕਿ ਅੱਜ ਮੈਂ ਇੱਕ ਮੰਤਰੀ ਦੇ ਤੌਰ ਤੇ ਗੱਲ ਕਰ ਰਿਹਾ, ਮੈਂ ਇਹਦੇ ਨਾਲ ਪਾਰਟੀ ਨਾਲ ਕੀ ਲਾਈਨ ਲੈਣੀ ਆ, ਕੀ ਗੱਲ ਕਰਨੀ ਆ, ਸਰਕਾਰ ਨੇ ਕੀ ਗੱਲ ਕਰਨੀ ਆ, ਕੀ ਲਾਈਨ ਲੈਣੀ ਆ, ਉਹਦੇ ਵਿੱਚ ਕਾਨੂੰਨ ਨੇ ਕੀ ਕੰਮ ਕਰਨਾ, ਉਹਦੇ ਵਿੱਚ ਮੇਰਾ ਕੋਈ ਵੀ ਜਿਹੜਾ ਹੈ ਉਹ ਇਸ ਗੱਲ ਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ। ਜਿਹੜਾ ਕਿ ਮੈਨੂੰ ਬਾਰ ਬਾਰ ਕਹਿੰਦੇ ਸੀ ਮੇਰੇ ਤੇ ਬਾਰ ਬਾਰ ਵੀ ਬਿੱਟੂ, ਇੱਕ ਜੇ ਬਾਕੀ ਪਰਿਵਾਰਾਂ ਦੀ ਗੱਲ ਕਰੋ ਉਹ ਕਹਿ ਸਕਦੇ ਆ ਵੀ ਤੁਸੀਂ ਕਿਉਂ ਨਹੀਂ ਇਹ ਗੱਲ ਕਹਿੰਦੇ, ਇਹ ਇੱਕ ਇੱਕ ਬਹੁਤ ਵੱਡੇ ਵਰਗ 'ਚ ਇਹ ਗੱਲ ਦੀ ਇੱਕ ਰੋਸ ਸੀ, ਗੁੱਸਾ ਸੀ, ਜੀ ਚਾਹੇ ਉਹ ਵਿਦੇਸ਼ਾਂ 'ਚ ਬੈਠੇ ਹੋਣ ਚਾਹੇ ਉਰੇ ਬੈਠੇ ਹੋਣ। ਜੇ ਮੈਂ ਉਹ ਗੱਲ ਨੂੰ ਸਿੱਧਾ ਕਲੀਅਰ ਕੀਤਾ ਹੈ, ਫੈਕਟਸ ਮੈਂ ਠੀਕ ਕੀਤੇ ਆ, ਬਿਲਕੁਲ ਗੱਲ ਠੀਕ ਆ, ਕਾਨੂੰਨ ਨੇ ਆਪਣਾ ਕੰਮ ਕਰਨਾ, ਸਰਕਾਰਾਂ ਨੇ ਆਪਣਾ ਕੰਮ ਕਰਨਾ, ਪਰ ਜਿਹੜੀ ਮੇਰੇ ਪਰਿਵਾਰ ਦੀ ਜੀ, ਹੁਣੀ ਮੈਂ ਸਾਰਿਆਂ ਦੀ ਗੱਲ ਵੀ ਸੁਣ ਰਿਹਾ ਸੀ ਤੇ ਸਾਰਿਆਂ ਨਾਲ ਗੱਲ ਹੋਈ ਵੀ ਅਸੀਂ ਉਸ ਚੀਜ਼ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਜੀ, ਕੋਈ ਵੀ ਅੜਿੱਕਾ ਜਾਂ ਰੋੜਾ ਨਹੀਂ ਬਣਨਾ ਸਾਡੀ ਫੈਮਿਲੀ ਵੱਲੋਂ, ਪਰਿਵਾਰ ਵੱਲੋਂ, ਇਹ ਬਿਲਕੁਲ ਜਿਹੜਾ ਕਲੀਅਰ ਗੱਲ ਕੀਤੀ ਹੈ ਵੀ ਅਸੀਂ ਉਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਕਿੰਤੂ ਪਰੰਤੂ ਨਹੀਂ ਹੋਏਗਾ। ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ ਕਿ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਜਾਵੇ, ਬੇਅੰਤ ਸਿੰਘ ਦੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਹਾਂ, ਜੋ ਜੋ ਵੀ ਸਾਡਾ ਸਮਾਜ, ਸਾਡਾ ਭਾਈਚਾਰਾ, ਜੋ ਵੀ ਸਾਡਾ ਪੰਥ, ਜੋ ਫੈਸਲਾ ਉਹ ਸਰਮੌਰ ਨੇ, ਅਸੀਂ ਉਹਨਾਂ ਦੇ ਫੈਸਲੇ ਦੇ ਵਿੱਚ ਸ਼ਾਮਲ ਹਾਂ। ਜੋ ਉਹ ਫੈਸਲਾ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਉਸ ਫੈਸਲੇ 'ਚ ਸ਼ਾਮਲ ਹਾਂ। ਤੁਹਾਡੀ ਇਸ ਬਾਬਤ ਦੇਸ਼ ਦੇ ਹੋਮ ਮਿਨਿਸਟਰ ਨਾਲ ਜਾਂ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਜਾਂ ਅਮਿਤ ਸ਼ਾਹ ਹੋਰਾਂ ਨਾਲ ਕਿਸੇ ਨਾਲ ਕੋਈ ਗੱਲਬਾਤ ਹੋਈ ਬੰਦੀ ਨਹੀਂ? ਸਿੰਘਾਂ ਨੂੰ ਲੈ ਕੇ ਬਿਲਕੁਲ ਬਿਲਕੁਲ ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ ਉਹਨਾਂ ਕੋਲ। ਮੈਂ ਤਾਂ ਬਾਰ ਬਾਰ ਇਹ ਗੱਲ ਕੀਤੀ ਹੈ ਵੀ ਇਹ ਸਾਡੇ ਪਰਿਵਾਰ ਦੀ ਜਿਹੜੀ ਗੱਲ ਕਹੀ ਜਾਂਦੀ ਸੀ ਬਾਰ ਬਾਰ ਵੀ ਪਰਿਵਾਰ ਨਹੀਂ ਚਾਹੁੰਦਾ, ਪਰਿਵਾਰ ਨਹੀਂ ਕਹਿੰਦਾ, ਉਹ ਗੱਲ ਜਿਹੜੀ ਅਸੀਂ ਸਪਸ਼ਟ ਕੀਤੀ ਹੈ। ਕਿਉਂਕਿ ਹੁਣ ਤੱਕ ਤੁਹਾਡੇ ਬਿਆਨ ਜਿਹੜੇ ਨੇ ਉਹ ਲਗਾਤਾਰ ਇਸ ਗੱਲ ਨੂੰ ਲੈ ਕੇ ਆਏ ਨੇ ਕਿ ਤੁਸੀਂ ਵਿਰੋਧ ਕਰਦੇ ਰਹੇ ਹੋ, ਇੱਕਦਮ ਤੁਸੀਂ ਕਿਵੇਂ ਇਹ ਸੋਚਿਆ ਕਿ ਵਿਰੋਧ ਕਰਨਾ ਜਾਇਜ਼ ਨਹੀਂ ਹੈ? ਅਗਰ ਕਾਨੂੰਨ ਜੋ ਕਹਿੰਦਾ ਵੈ ਜਾਂ ਫਿਰ ਜੋ ਵੀ ਗੱਲਬਾਤ ਹੈ ਉਸ ਦੇ ਵਿੱਚ ਤੁਸੀਂ ਵਿਰੋਧ ਨਹੀਂ ਕਰੋਗੇ, ਇਹ ਕਿਵੇਂ ਤੁਹਾਡੇ ਮਨ 'ਚ ਆਇਆ? ਕਾਨੂੰਨ ਦੀ ਲੜਾਈ ਤਾਂ ਚੱਲ ਹੀ ਰਹੀ ਆ ਜੀ, ਕਾਨੂੰਨ ਦਾ ਉਹ ਤਾਂ ਜਿਹੜੇ ਕੋਰਟ ਨੇ ਉਹ ਤਾਂ ਫੈਸਲਾ ਵੱਖ ਵੱਖ ਕੇਸਾਂ 'ਚ ਉਹਨਾਂ ਦੇ ਚੱਲ ਹੀ ਰਿਹਾ, ਉਹ ਤਾਂ ਦਖਲ ਨਾ ਸਾਡਾ ਪਹਿਲਾਂ ਸੀ ਕੋਈ ਜੀ, ਨਾ ਹੁਣ ਰਹੇਗਾ। ਅਸੀਂ ਤਾਂ ਜਿਹੜਾ ਇੱਕ ਵਾਤਾਵਰਨ ਹੁੰਦਾ ਜੀ, ਇੱਕ ਇੱਕ ਗੱਲ ਜਿਹੜੀ ਆ ਉਹ ਇੱਕ 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 ਓਪੀਨੀਅਨ ਜਿਹੜੇ ਲੋਕ ਨੇ ਬਣਾ ਲੈਂਦੇ ਆ ਵੀ ਸ਼ਾਇਦ ਇਹਨਾਂ ਕਰਕੇ ਨਹੀਂ ਹੋ ਰਿਹਾ ਜੀ,
ਉਹ ਸਾਨੂੰ ਤਾਂ ਪਹਿਲਾਂ ਵੀ ਪਤਾ ਸੀ ਵੀ ਸਾਡੇ ਕਰਕੇ ਕੋਈ ਇਹ ਦਿੱਕਤ ਜਾਂ ਕੋਈ ਗੱਲ ਨਹੀਂ ਗੀ ਜੀ, ਪਰ ਅਸੀਂ ਇਹ ਸਾਰਿਆਂ ਨੇ ਗੱਲ ਸਪਸ਼ਟ ਮੂਹਰੇ ਰੱਖਤੀ ਵੀ ਇਹਦੇ ਵਿੱਚ ਜੋ ਸਾਰੀ ਜਥੇਬੰਦੀਆਂ, ਜੋ ਸਾਡਾ ਸਿੱਖ ਪੰਥ, ਸਾਡਾ ਪੰਜਾਬ, ਜਿਹਦੇ ਵਿੱਚ ਉਹ ਸਾਰੇ, ਉਹਨਾਂ 'ਚ ਕੋਈ ਗੁੱਸਾ, ਕੋਈ ਰੋਸ, ਕੋਈ ਕਿਸੇ ਆਪਸ ਵਿੱਚ ਟਕਰਾਅ ਨਾ ਹੋਵੇ, ਉਹਨੂੰ ਜ਼ਿੰਮੇਵਾਰੀ ਨੂੰ ਦੇਖਦੇ ਹੋਏ ਅੱਜ ਤੱਕ ਇੰਡੀਵਿਜੁਅਲ ਮੇਰੀ ਗੱਲ ਸੀ। ਅੱਜ ਇੱਕ ਮੈਂ ਪੰਜਾਬ ਦੇ ਵੱਲੋਂ ਇੱਕ ਮੰਤਰੀ ਹਾਂ ਅਤੇ ਮੇਰੇ ਲਈ ਕਿਸੇ ਪ੍ਰਤੀ ਕੋਈ ਗੁੱਸਾ, ਕਿਸੇ ਅਸੀਂ ਕੋਈ ਵਿਰੋਧ, ਕਿਸੇ ਲਈ ਕੋਈ ਵੈਰ, ਉਹਦੀ ਕੋਈ ਜਗ੍ਹਾ ਨਹੀਂ। ਬੇਟੇ ਸਾਹਿਬ ਲਾਸਟ ਸਵਾਲ ਹੈ, ਕਿਉਂਕਿ ਬੀਜੇਪੀ ਦੀ ਨਜ਼ਰ 2027 ਤੇ ਵੀ ਹੈ ਔਰ ਬੀਜੇਪੀ ਕੋਲ ਹਿੰਦੂ ਵੋਟਰ ਹੈ ਲੇਕਿਨ ਸਿੱਖ ਵੋਟਰ ਨਹੀਂ ਹੈ, ਔਰ ਤੁਹਾਨੂੰ ਐਜ਼ ਏ ਫੇਸ ਦੇਖਿਆ ਜਾ ਰਿਹਾ ਬੀਜੇਪੀ ਦਾ, ਤਾਂ ਇਸ ਐਂਗਲ ਨੂੰ ਵੀ ਧਿਆਨ 'ਚ ਰੱਖ ਕੇ ਇਸ ਤਰੀਕੇ ਦੀ ਸਟੇਟਮੈਂਟ ਆਈ ਹੈ। ਮੈਂ ਆਪਣੇ ਮਤਲਬ ਹੁਣ ਮੈਂ ਕੀ ਕਵਾਂ, ਮਤਲਬ ਦਾਦਾ ਜੀ ਦੇ ਨਾਂ 'ਤੇ, ਸਰਦਾਰ ਬੇਅੰਤ ਸਿੰਘ ਦੇ ਨਾਂ 'ਤੇ ਮੇਰਾ ਰਹੇ ਕੁਛ ਨਾਂ ਰਹੇ, ਪਰ ਮੈਂ ਉਹਨਾਂ ਦੇ ਨਾਂ 'ਤੇ ਸਿਆਸਤ ਨਹੀਂ ਕਰ ਸਕਦਾ ਜੀ। ਇਹ ਪਹਿਲਾਂ ਵੀ ਲੋਕ ਕਹਿੰਦੇ ਸੀ, ਹੁਣ ਵੀ ਪੰਕਜ ਜੀ ਉਹੀ ਸੇਮ ਜਿਹੜਾ ਗੱਲ ਆ ਵੀ ਉਹਨਾਂ ਦੇ ਨਾਂ 'ਤੇ ਵੋਟ ਦੇਖ ਕੇ ਬਿਲਕੁਲ ਨਹੀਂ। ਜਿਵੇਂ ਮੈਂ ਪਹਿਲਾਂ ਇਹ ਗੱਲ ਵੀ ਕਹੀ, ਹੁਣ ਵੀ ਉਹ ਆ ਕੇ ਭਾਈ ਆਪਣੀ ਜ਼ਿੰਦਗੀ ਅਮਨ ਸ਼ਾਂਤੀ ਨਾਲ ਜਿਉਣ ਸਾਨੂੰ, ਅਸੀਂ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿੰਦਾ ਰਿਹਾ, ਬਾਰ ਬਾਰ ਕਹਿੰਦਾ ਰਿਹਾ, ਉਹ 'ਚੋਂ ਬਹੁਤ ਬਾਹਰ ਵੀ ਆਏ ਹੋਏ ਨੇ, ਇਸ ਵੇਲੇ ਉਹਨਾਂ ਨੇ ਆਪਣੇ ਪਰਿਵਾਰ ਵਸਾਏ ਨੇ, ਉਦੋਂ ਬਾਅਦ ਉਹ ਰਹਿ ਰਹੇ ਆ ਬੜੀ ਅਮਨ ਸ਼ਾਂਤੀ ਨਾਲ, ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੈ ਰਹੇ ਆ ਅਤੇ ਜਿਹੜੇ ਬਾਕੀ ਵੀ ਨੇ ਉਹ ਵੀ ਰਹਿਣ ਆ ਕੇ, ਪਰ ਇਹਦੇ ਉੱਤੇ ਸਾਡੇ ਲਈ ਪਰਿਵਾਰ ਲਈ ਸਿਆਸਤ ਕਰਨਾ ਨਾਮੁਮਕਿਨ ਆ। ਕਿਵੇਂ ਅਸੀਂ ਉਹ ਖੂਨ ਡੁੱਲੇ ਨੇ ਉਹ ਸਰੀਰ ਦੇ ਅਸੀਂ ਦੇਖਿਆ ਹੈ ਵੀ ਕੀ ਆ, ਉਹਦੇ ਉੱਤੇ ਹਜੇ ਵੀ ਵੋਟਾਂ ਦੀ ਰਾਜਨੀਤੀ ਕਰੀ ਜਾਣੀ ਜੀ, ਇਹ ਸਵਾਲ ਹੀ ਨਹੀਂ ਪੈਦਾ ਹੋ ਸਕਦਾ। ਮੈਂ ਤੁਹਾਨੂੰ ਹੁਣ ਦਿਲ ਪਾੜ ਕੇ ਕੋਈ ਚੀਰ ਕੇ ਤਾਂ ਦਿਖਾ ਨਹੀਂ ਸਕਦਾ ਜੀ, ਵੀ ਇਹਦੇ ਵਿੱਚ ਇੱਕ 20% ਤਾਂ ਬਹੁਤ ਦੂਰ ਦੀ ਗੱਲ, ਕਿਤੇ ਸੋਚ ਵੀ ਐਸੀ ਹੈ ਨਹੀਂ ਗੀ। ਕਿਉਂ? ਕਿਉਂਕਿ ਪੰਜਾਬ ਬਾਰ ਬਾਰ ਪੰਜਾਬ 'ਚ ਕਈ ਚੀਜ਼ਾਂ ਹੋ ਰਹੀਆਂ, ਉਹ ਬਹੁਤ ਡੂੰਘੀਆਂ ਗੱਲਾਂ ਨੇ, ਉਹ ਚੀਜ਼ਾਂ ਪੰਜਾਬ 'ਚ ਨਾ ਹੋਣ, ਪੰਜਾਬ ਵਸਦਾ ਰਹੇ। ਅੰਮ੍ਰਿਤਪਾਲ ਤੇ ਸਰਬਜੀਤ ਖਾਲਸਾ ਹੋਰੀ ਵੀ ਜਿੱਤ ਕੇ ਆਏ ਨੇ ਤੁਹਾਡੇ ਉੱਥੇ ਪਾਰਲੀਮੈਂਟ ਦੇ ਵਿੱਚ ਮੌਜੂਦ ਰਹਿਣਗੇ, ਉਹਨਾਂ ਦੀ ਜਿੱਤ ਨੂੰ ਪੰਜਾਬ ਦੇ ਸਮੀਕਰਨ ਕਿਵੇਂ ਦੇਖਦੇ? ਦੇਖੋ ਜੀ, ਇਹ ਤਾਂ ਲੋਕਾਂ ਦਾ ਫਤਵਾ ਹੈ, ਉਹਨੂੰ ਲੋਕਾਂ ਦੇ ਫਤਵੇ ਨੂੰ ਜਿਹੜਾ ਇਹ ਖਿੜੇ ਮੱਥੇ ਹਰ ਕੋਈ ਪ੍ਰਵਾਨ ਕਰਦਾ, ਇਸ ਕਰਕੇ ਉਸ ਪਾਰਲੀਮੈਂਟ 'ਚ ਉਹ ਵੀ ਜਿਹੜੇ ਉਹ ਲੋਕਾਂ ਦੀ ਗੱਲ ਕਰਨਗੇ ਜਿਹਨਾਂ ਨੂੰ ਇਹ ਰਹਿੰਦਾ ਸੀ ਵੀ ਸ਼ਾਇਦ ਸਾਡੀ ਕਿਤੇ ਕੇਂਦਰ 'ਚ ਜਾਂ ਕਿਤੇ ਸਾਡੀ ਦੇਸ਼ ਦੇ ਵਿੱਚ ਸੁਣਵਾਈ ਨਹੀਂ ਜੀ, ਉਹ ਹੁਣ ਉਹ ਵਰਗ ਦੀ ਗੱਲ ਉਹ ਠੋਕ ਵਜਾ ਕੇ ਕਰਨ ਆ ਕੇ ਤੇ ਉਹ 'ਚ ਕੋਈ ਕਮੀ ਨਾ ਰਹਿ ਜੇ ਜੀ, ਤੇ ਉਹਨਾਂ ਨੂੰ ਵੀ ਬਰਾਬਰ ਦਾ, ਪਹਿਲਾਂ ਮਾਨ ਸਾਹਿਬ ਸੀ ਸਿਮਰਨਜੀਤ ਮਾਨ ਜੀ, ਉਹਨਾਂ ਨੂੰ ਮੌਕਾ ਮਿਲਿਆ, ਪਹਿਲਾਂ ਖਾਲਸਾ ਸਾਹਿਬ ਇਸੇ ਤਰੀਕੇ ਨਾਲ ਇਸੇ ਲਹਿਰ 'ਚ ਉਹ ਵੀ ਆ ਕੇ ਬਣੇ ਸੀ, ਮੰਡ ਸਾਹਿਬ ਵਰਗੇ ਬੜਿਆਂ ਨੂੰ ਮੌਕਾ ਮਿਲਿਆ ਹੈ ਜੀ, ਜਿਹੜੇ ਨਾਕਾਮ ਰਹੇ ਆਪਣੀ ਜਿਹੜੀ ਗੱਲ ਕਰਨ 'ਚ ਜੀ, ਮਾਨ ਸਾਹਿਬ ਤਾਂ ਚਲੋ ਕਰਦੇ ਰਹੇ ਨੇ, ਇਹ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੈ, ਇਹਨਾਂ ਨੂੰ ਗੱਲ ਬਹੁਤ ਤਕੜੇ ਤਰੀਕੇ ਨਾਲ ਉੱਥੇ ਗੱਲ ਕਰਨੀ ਚਾਹੀਦੀ ਹੈ।